ਪੰਜਾਬੀ ਸ਼ੌਟ ਹੈ ਟਿਕਟੇਸ਼ਨ ਵਿਦ 80 ਸਪੀਡ ਹਾਂਜੀ ਸਟਾਰਟ ਭਾਰੀ ਮੀਂਹ ਅਤੇ ਭਿਆਨਕ ਹੜ੍ਹ ਦੇ ਕਾਰਨ ਮੱਚੀ ਤਬਾਹੀ ਨੂੰ ਦੇਖਦਿਆਂ ਬੇਸ਼ੱਕ ਪੰਜਾਬ ਸਰਕਾਰ ਨੇ ਸਥਿਤੀ ਨੂੰ ਕੁਦਰਤੀ ਆਫਤ ਘੋਸ਼ਿਤ ਕੀਤਾ ਹੈ ਪਰ ਇਸ ਦਰਨ ਕੁਦਰਤ ਦੇ ਇਸ ਕਹਿਰ ਦਾ ਸ਼ਿਕਾਰ ਹੋਏ ਸੂਬੇ ਦੇ ਲੋਕਾਂ ਅਤੇ ਖਾਸ ਕਰ ਕਿਸਾਨਾਂ ਦੀ ਬਾ ਫੜੇ ਜਾਣ ਦੀ ਲੋੜ ਬਹੁਤ ਵੱਡੀ ਹੈ ਡੰਡੇ ਪੰਜਾਬ ਵਿੱਚ ਇਸ ਵਾਰ ਮੌਨਸੂਨ ਦੀ بارش ਰੱਜ ਕੇ ਹੋਈ ਹੈ ਡੰਡੇ ਇਸ ਨਾਲ ਕਈ ਥਾਵਾਂ ਤੇ ਧਰਤੀ ਦੀ ਚਿਹਰਾ ਦੀ ਪਿਆਸ ਵੀ बुझी ਅਤੇ ਛੋਟੇ ਵੱਡੇ ਜਲ ਸੋਮੇ ਵੀ ਭਰ ਗਏ ਡੰਡੇ ਪਰ ਪਹਾੜਾਂ ਤੇ ਸਾਵਣ ਮਹੀਨੇ ਦੀ ਆਖਰੀ بارش ਦੇ ਪਾਣੀ ਨੇ ਪੰਜਾਬ ਅਤੇ ਹਿਮਾਚਲ ਦੀ ਧਰਤੀ ਤੇ ਬਣੇ ਬੰਨਾਂ ਦੇ ਪਾਣੀ ਨੂੰ ਇੱਕਦਮ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਤੱਕ ਪਹੁੰਚਾ ਦਿੱਤਾ ਡੰਡੇ ਇਸ ਕਰਕੇ ਅਧਿਕਾਰਾਂ ਨੂੰ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਬੰਨਾ ਦਾ ਵਾਧੂ ਪਾਣੀ ਛੱਡਣ ਲਈ ਮਜਬੂਰ ਹੋਣਾ ਪਿਆ ਡੰਡੇ ਸੂਬੇ ਵਿੱਚ ਜੋ ਹੜ੍ਹ ਕਾਰਨ ਮੱਚੀ ਤਬਾਹੀ ਦਿਖਾਈ ਦੇ ਰਹੀ ਹੈ ਉਹ ਇਸੇ ਪਾਣੀ ਨਾਲ ਪੈਦਾ ਹੋਈ ਹੈ ਡੰਡੇ ਬੰਨਾ ਤੋਂ ਛੱਡਿਆ ਗਿਆ ਇਹ ਪਾਣੀ ਜਿੱਤਰੋਂ ਵੀ ਲੰਘਿਆ ਤਬਾਹੀ ਦੇ ਨਿਸ਼ਾਨ ਆਪਣੇ ਪਿੱਛੇ ਛੱਡਦਾ ਗਿਆ ਡੰਡੇ ਤਬਾਹੀ ਕਿਤੇ ਕਿਤੇ ਇੰਨੀ ਭਿਆਨਕ ਹੋਈ ਕਿ ਕੁਝ ਥਾਵਾਂ ਤੇ ਫੌਜ ਨੂੰ ਵੀ ਬੁਲਾਉਣਾ ਪਿਆ ਡੰਡੇ ਇਸ ਆਫਤ ਤੋਂ ਪ੍ਰਭਾਵਿਤ ਹੋਏ ਹਲਕਿਆਂ ਦੀ ਸਥਿਤੀ ਇਹ ਹੈ ਕਿ ਫਸਲਾਂ ਤਾਂ ਨਸ਼ਟ ਹੋਈਆਂ ਹਨ ਕਈ ਥਾਵਾਂ ਤੇ ਕੱਚੇ ਪੱਕੇ ਮਕਾਨ ਵੀ ਤਬਾਹ ਹੋ ਗਏ ਹਨ ਡੰਡ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਡੰਡ ਲੋਕ ਘਰਾਂ ਦੀਆਂ ਛੱਤਾਂ ਤੇ ਬੈਠੇ ਹਨ ਕਈ ਪਿੰਡਾਂ ਵਿੱਚ ਲੋਕਾਂ ਨੂੰ ਬੇੜੀਆਂ ਦਾ ਸਹਾਰਾ ਲੈ ਕੇ ਹੜ੍ਹ ਦੇ ਪਾਣੀ ਤੋਂ ਬਾਹਰ ਕੱਢਣਾ ਪੈ ਰਿਹਾ ਹੈ ਡੰਡੇ ਰੋਪੜਾ ਤੇ ਜਲੰਧਰ ਦੇ ਫਿਲੌਰ ਲੋਹੀਆਂ ਸ਼ਾਹਕੋਟ ਆਦ ਇਲਾਕੇ ਬੇਹੱਦ ਪ੍ਰਭਾਵਿਤ ਹੋਏ ਹਨ ਡੰਡੇ ਸਤਲੁਜ ਦਾ ਤੁਸੀ ਬੰਨ ਹਰ ਸਾਲ ਟੁੱਟਦਾ ਹੈ ਪਰ ਇਸ ਵਾਰ ਤੁਸੀਂ ਬੰਨ ਵਿੱਚ ਕਈ ਥਾਵਾਂ ਤੇ ਪਾੜ ਪਏ ਹਨ ਡੰਡੇ ਲੋਹਿਆ ਇਲਾਕੇ ਵਿੱਚ ਤੁਸੀਂ ਬੰਨ ਦੇ ਲਗਭਗ 100 ਫੁੱਟ ਚੌੜੇ ਪਾੜ ਨੇ ਆਲੇ ਦੁਆਲੇ ਦੇ ਕਈ ਮੀਲੇ ਤੱਕ ਫੈਲੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੈ ਡੰਡੇ ਹਜ਼ਾਰਾਂ ਲੋਕ ਘਰਬਾਰ ਛੱਡ ਕੇ ਉੱਚੀਆਂ ਥਾਵਾਂ ਤੇ ਸ਼ਰਨ ਲੈਣ ਲਈ ਮਜਬੂਰ ਹੋਏ ਹਨ ਡੰਡੇ ਸਕੂਲ ਅਤੇ ਵਿਦਿਅਕ ਅਦਾਰੇ ਵੀ ਪਾਣੀ ਵਿੱਚ ਡੁੱਬ ਗਏ ਹਨ ਡੰਡੇ ਬੇਸ਼ੱਕ ਜ਼ਿਆਦਾਤਰ ਲੋਕ ਆਪਣੇ ਘਰ-ਬਾਰ ਅਤੇ ਪਸ਼ੂਆਂ ਨੂੰ ਇਸ ਆਫਤ ਦੇ ਹਵਾਲੇ ਕਰਕੇ ਆਪਣੇ ਪਿੰਡਾਂ ਵਿੱਚ ਨਿਕਲਣ ਨੂੰ ਤਿਆਰ ਨਹੀਂ ਹੋ ਰਹੇ ਡੰਡੇ ਹਾਲਾਂਕਿ ਕਈ ਲੋਕਾਂ ਨੇ ਆਪਣੇ ਬੱਚਿਆਂ ਔਰਤਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ ਡੰਡੇ ਪੰਜਾਬ ਵਿੱਚ ਰੇਲ ਬੱਸ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਡੰਡ ਜਲੰਧਰ ਫਿਰੋਜ਼ਪੁਰ ਰੇਲ ਮਾਰਗ ਤੇ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ ਡੰਡ ਇਸ ਹਫਤੇ ਨੂੰ ਬੇਸ਼ੱਕ ਪੰਜਾਬ ਦੇ ਲੋਕਾਂ ਨੇ ਆਪਣੀਆਂ ਪੁਰਾਤਨ ਰਵੈਤਾਂ ਤੇ ਚੱਲਦਿਆਂ ਸਹਿਣ ਕਰਨ ਦੀ ਹਿੰਮਤ ਦਿਖਾਈ ਹੈ ਪਰ ਇਸ ਵਿਨਾਸ਼ ਦੇ ਕਾਰਨ ਸੂਬੇ ਦੇ ਲੋਕਾਂ ਖਾਸ ਕਰ ਪਿੰਡੂ ਖੇਤਰ ਦਾ ਜੋ ਨੁਕਸਾਨ ਹੋਇਆ ਹੈ ਉਹ ਸੱਚਮੁੱਚ ਕਲਪਨਾ ਤੋਂ ਪਰੇ ਹੈ ਡੰਡੇ ਉਹਨਾਂ ਦੀਆਂ ਫਸਲਾਂ ਨਸ਼ਟ ਹੋ ਗਈਆਂ ਹਨ ਡੰਡੇ ਉਹਨਾਂ ਦੇ ਘਰ ਬਰਬਾਦ ਹੋ ਗਏ ਹਨ ਡੰਡੇ ਖੇਤਾਂ ਵਿੱਚ ਘਾਰਪੜ ਗਈ ਹੈ ਡੰਡੇ ਬਿਨਾਂ ਸ਼ੱਕ ਇਹ ਦੋਹਰੀ ਮਾਰ ਹੈ ਇੱਕ ਤਾਂ ਨੁਕਸਾਨ ਹੋ ਗਿਆ ਉਤੋਂ ਹੁਣ ਇਸ ਸੰਕਟ ਵਿੱਚ ਬਾਹਰ ਆਉਣ ਲਈ ਹੋਰ ਖਰਚਾ ਕਰਨਾ ਪਏਗਾ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਪਏਗੀ ਬਿਨਾਂ ਸ਼ੱਕ ਅਜੇ ਹੀ ਸਥਿਤੀ ਵਿੱਚ ਹੜ ਪ੍ਰਭਾਵਿਤ ਸਾਰੇ ਲੋਕਾਂ ਖਾਸ ਕਰਕੇ ਪਿੰਡੂਆਂ ਅਤੇ ਕਿਸਾਨਾਂ ਦੀ ਬਾ ਫੜੇ ਜਾਣ ਦੀ ਵੱਡੀ ਲੋੜ ਹੈ ਡੰਡ ਹਾਲਾਂਕਿ ਪੰਜਾਬ ਦੇ ਲੋਕਾਂ ਅਤੇ ਸਮਾਜਿਕ ਸੰਗਠਨਾ ਵੱਲੋਂ ਸਟਾਪ